ਬਾਬਾ ਜੇਲ ਬ੍ਰੇਕ ਮਾਮਲੇ ਵਿੱਚ ਪੰਜਾਬ ਪੁਲਿਸ ਵੱਲੋਂ ਇੱਕ ਹੋਰ ਗ੍ਰਿਫਤਾਰੀ ਕੀਤੀ ਗਈ ਹੈ। ਪੰਜਾਬ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ ਟੀਮ ਵੱਲੋਂ ਨਾਭਾ ਸੰਗਰੂਰ ਰੋਡ ਦੇ ਪਿੰਡ ਛੀਟਾਵਾਲਾ ਤੋਂ ਸੁਖਚੈਨ ਸਿੰਘ ਸੁੱਖੀ ਨਾਮ ਦੇ ਗੈਂਗਸਟਰ ਨੂੰ ਚੋਰੀ ਕੀਤੀ ਵਰਨਾਕਾਰ ਅਤੇ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਗਿਆ, ਜਿਸ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ। ਗ੍ਰਿਫਤਾਰ ਕੀਤੇ ਗੈਂਗਸਟਰ ਵੱਲੋਂ ਨਾਭਾ ਜੇਲ੍ਹ ਨੂੰ ਅੰਜਾਮ ਦੇਣ ਵਿੱਚ ਅਹਿਮ ਰੋਲ ਸੀ, ਜਿਸ ਦੀ ਗ੍ਰਿਫਤਾਰੀ ਨੂੰ ਪੁਲਿਸ ਅਹਿਮ ਮੰਨ ਰਹੀ ਹੈ। ਪਰ ਪੁਲਿਸ ਵੱਲੋਂ ਹਾਲੇ ਤੱਕ ਨਾਭਾ ਜੇਲ੍ਹ ਤੋਂ ਫਰਾਰ ਗੈਂਗਸਟਰ ਕੁਲਪ੍ਰੀਤ ਨੀਟਾ ਦਿਓਲ, ਗੁਰਪ੍ਰੀਤ ਸਿੰਘ ਸੇਖੋਂ, ਅਮਨਦੀਪ ਟੋਟੀਆਂ ਅਤੇ ਖਾੜਕੂ ਹਰਮਿੰਦਰ ਸਿੰਘ ਮਿੰਟੋ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ, ਜਦਕਿ ਵਿੱਕੀ ਗੌਂਡਰ ਅਤੇ ਕਸ਼ਮੀਰ ਸਿੰਘ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਿਆ। ਉੱਥੋਂ ਫਿਰ ਇੱਕ ਵਰਨਾਕਾਰ ਜਿਹੜੀ ਹੈ ਉਧਰੋਂ ਦੀ ਆਈ, ਜਿੱਥੋਂ ਅਸੀਂ ਇਹਦੀ ਨੂੰ ਨਾਕਾਬੰਦੀ ਸਟਰੋਂਗ ਕੀਤੀ ਸੀਗੀ, ਜੋ ਘਬਰਾ ਕੇ ਪਿੱਛੇ ਨੂੰ ਮੋੜਨ ਲੱਗਿਆ ਅਤੇ ਅਸੀਂ ਇਹਨੂੰ ਸ਼ੱਕਦੀ ਬਣਾ 'ਤੇ ਕਾਬੂ ਕੀਤਾ। 32 ਬੋਰ ਦਾ ਰਿਵਾਲਵਰ ਸਮੇਤ 5 ਕਾਰਤੂਸ, 31 ਬੋਰ ਦਾ ਪਿਸਟਲ, 5 ਰਾਊਂਡ ਜਿੰਦਾ, ਜਿਹੜੀ ਗੱਡੀ ਦੀ ਜੋ ਵਜੀਰ ਤਲਾਸੀ ਲਈ ਤਾਂ 630 ਗ੍ਰਾਮ ਨਸ਼ੀਲਾ ਪਾਊਡਰ ਦੀ